ਹਾਂ ਜੀ, ਆਹ ਦੇਖੋ ਜੀ, ਅੱਜ ਆਪਾਂ ਤੁਹਾਡੀ ਖਾਤਰ ਕੀ ਲੈ ਕੇ ਆਏ ਹਾਂ। ਆਪਾਂ ਤੁਹਾਡੀ ਖਾਤਰ ਨਵੀਂ ਤੋਂ ਨਵੀਂ ਇੱਕ ਚੀਜ਼ ਲੈ ਕੇ ਆਉਂਦੇ ਹਾਂ ਜੀ। ਪਹਿਲਾਂ ਆਪਾਂ ਲੈ ਕੇ ਆਏ ਸੀ ਲੀਵਰ ਵਾਸਤੇ, ਤੁਹਾਨੂੰ ਦੱਸਿਆ ਸੀ ਵੀ ਆਪਾਂ ਕਿਵੇਂ ਬੋਤਲ ਤਿਆਰ ਕਰਕੇ ਰੱਖਣੀ ਹੈਗੀ ਹੈ ਅਤੇ ਕਿਵੇਂ ਆਪਾਂ ਉਹਦੇ ਦੋ ਦੋ ਚਮਚੇ ਪੀ ਕੇ ਅਤੇ ਆਪਾਂ ਆਪਦੇ ਲੀਵਰ ਦੀ ਗਰਮੀ ਕੱਢਣੀ ਹੈ। ਅਤੇ ਅੱਜ ਜਿਹੜੀ ਆਪਾਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ, ਇਹ ਤੁਹਾਡੀ ਪੇਟ ਦੀ ਸਫਾਈ ਵਾਸਤੇ ਹੈ, ਆਂਤਾਂ ਦੀ ਸਫਾਈ ਵਾਸਤੇ ਅਤੇ ਸਕਿਨ ਗਲੋ ਵਾਸਤੇ ਹੈ ਜੀ, ਜਿਹੜੀ ਕਿ ਤੁਹਾਨੂੰ ਇਹ ਤੁਸੀਂ ਇਹ ਚੀਜ਼ ਵਰਤੋਂਗੇ, ਅਗਰ ਡੇਲੀ ਵਰਤਦੇ ਹੋ ਤੁਸੀਂ, ਤਾਂ ਇਹਦੇ ਨਾਲ ਤੁਹਾਡੀ ਭੁੱਖ ਵੀ ਵਧੂਗੀ, ਤੁਹਾਡੀ ਆਂਤਾਂ ਦੀ ਸਫਾਈ ਵੀ ਹੋਊਗੀ ਅਤੇ ਤੁਹਾਡੇ ਮੋਟਾਪਾ ਵੀ ਦੂਰ ਹੋਊਗਾ ਜੀ, ਅਤੇ ਤੁਹਾਡੀ ਮਤਲਬ ਕਿ ਸਕਿਨ ਆ ਜਿਹੜੀ ਉਹਨੇ ਪੂਰੇ ਗਲੋ ਕਰ ਦੇਣਾ ਹੈਗਾ। ਆਪਾਂ ਕੋਈ ਵੀ ਤੁਹਾਨੂੰ ਚੀਜ਼ ਦੱਸਦੇ ਹਾਂ ਜੀ, ਉਹ ਸਕਿਨ 'ਤੇ ਜ਼ਰੂਰ ਅਸਰ ਪਾਉਂਦੀ ਹੈ, ਸਕਿਨ ਨੂੰ ਵਧੀਆ ਗਲੋ ਕਰਕੇ ਰੱਖਦੀ ਹੈ। ਅਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ, ਤੁਹਾਨੂੰ ਮੈਂ ਸਾਰਾ ਕੁਛ ਇਹਦੇ ਵਿੱਚ ਦੱਸਣ ਲੱਗੀ ਹਾਂ ਵੀ ਆਪਾਂ ਇਹ ਕਿਵੇਂ ਦਵਾਈ ਤਿਆਰ ਕਰਨੀ ਹੈ ਅਤੇ ਕਿਵੇਂ ਆਪਾਂ ਇਹਨੂੰ ਵਰਤਣਾ। ਠੀਕ ਹੈ ਜੀ, ਆਪਾਂ ਇਹਨੂੰ ਘੱਟੋ ਘੱਟ ਮਤਲਬ ਕਿ 24 ਘੰਟੇ ਰੂਮ ਟੈਂਪਰੇਚਰ ਦੇ ਵਿੱਚ ਕਰਕੇ ਰੱਖਣਾ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ ਸਟੋਕ ਕਰਕੇ ਰੱਖ ਲਓ। ਆਪਾਂ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਹਾਂ, ਆਪਾਂ ਜਿੰਨੀ ਮਰਜ਼ੀ ਬਣਾ ਲਈਏ, ਇਹਨਾਂ ਚੀਜ਼ਾਂ ਦੀ ਕੋਈ ਖਰਾਬੀ ਨਹੀਂ ਹੁੰਦੀ ਜੀ, ਨਾ ਇਹ ਚੀਜ਼ਾਂ ਖਰਾਬ ਹੁੰਦੀਆਂ ਨੇ। ਅਤੇ ਮੈਂ ਜੋ ਵੀ ਚੀਜ਼ ਬਣਾਈ ਹੈ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸਾਰੀ 'ਚ ਦਿਖਾਉਣ ਲੱਗੀ ਹਾਂ, ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ। ਤੁਹਾਨੂੰ ਮੇਰੀਆਂ ਚੰਗੀਆਂ ਲੱਗਦੀਆਂ ਨੇ ਇਹ ਦੱਸੀਆਂ ਹੋਈਆਂ ਦਵਾਈਆਂ ਜੋ ਕਿ ਆਯੁਰਵੈਦਿਕ ਮੈਂ ਤੁਹਾਨੂੰ ਸਿਖਾਉਣੀਆਂ ਬਣਾਉਣੀਆਂ, ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਕਰੋ। ਆ ਜਾਓ ਫਿਰ ਆਪਾਂ ਤੁਹਾਨੂੰ ਦਿਖਾਈਏ ਸਾਰੀ ਵੀਡੀਓ ਦੇ ਵਿੱਚ ਵੀ ਆਪਾਂ ਇਹਨੂੰ ਕਿਵੇਂ ਤਿਆਰ ਕੀਤਾ। ਆ ਜਾਓ ਫਿਰ। ਹਾਂਜੀ, ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਅਤੇ ਆ ਜਾਓ ਫਿਰ ਦਿਖਾਈਏ ਆਪਾਂ ਇਹਦੇ ਵਿੱਚ ਕੀ ਪਾਇਆ ਹੋਇਆ, ਆਯੁਰਵੈਦਿਕ ਦਵਾਈ ਆਪਾਂ ਕਿਵੇਂ ਤਿਆਰ ਕੀਤੀ ਹੈਗੀ ਜੀ, ਸਾਰਾ ਕੁਛ ਦਿਖਾਉਣ ਲੱਗੇ ਹਾਂ। ਆਪਾਂ ਇਹਦੀ ਖਾਤਰ ਲਏ ਹੈ ਜੀ 7 ਨਿੰਬੂ। ਠੀਕ ਹੈ ਜੀ, 7 ਨਿੰਬੂ ਲਏ ਨੇ ਆਪਾਂ, 7-8 ਨਿੰਬੂ ਲੈ ਲੈਣੇ ਨੇ ਆਪਾਂ। ਮੈਂ ਤੁਹਾਨੂੰ ਮਾਤਰਾ ਸਾਰੀ ਦੱਸਣ ਲੱਗੀ ਹਾਂ ਵੀ ਇੰਨੇ ਨਿੰਬੂਆਂ ਦੇ ਵਿੱਚ ਆਪਾਂ ਕੀ ਸਮਾਨ ਪਾਉਣ ਲੱਗੇ ਹਾਂ। ਠੀਕ ਹੈ ਜੀ, ਆਪਾਂ ਹੁਣ ਗਰਮੀ ਹੈ ਜੀ, ਇਹਦੇ ਵਿੱਚ ਨਿੰਬੂ ਪਾਏ ਆ, ਜਦੋਂ ਸਰਦੀ ਹੁੰਦੀ ਆ ਉਦੋਂ ਆਪਾਂ ਨਿੰਬੂਆਂ ਦੇ ਨਾਲ ਨਾਲ ਅਦਰਕ ਵੀ ਪਾ ਸਕਦੇ ਹਾਂ ਜੀ, ਅਤੇ ਅਦਰਕ ਦੇ ਨਾਲ ਨਾਲ ਦਾਲਚੀਨੀ ਵੀ ਪਾ ਸਕਦੇ ਹਾਂ, ਲਸਣ ਵੀ ਪਾ ਸਕਦੇ ਹਾਂ ਜੀ ਆਪਾਂ, ਅਤੇ ਕੱਚੀ ਹਲਦੀ ਵੀ ਪਾ ਸਕਦੇ ਹਾਂ। ਹੁਣ ਗਰਮੀ ਜ਼ਿਆਦਾ ਇਸ ਕਰਕੇ ਆਪਾਂ ਇਕੱਲੇ ਨਿੰਬੂ ਪਾਏ ਨੇ ਜੀ, ਅਤੇ ਨਿੰਬੂ ਦੇ ਵਿੱਚ ਆਪਾਂ ਅੱਗੇ ਕੀ ਹੋਰ ਸਮਾਨ ਪਾਇਆ ਜਿਹੜਾ ਕਿ ਆਪਾਂ ਨੂੰ ਗਰਮੀ ਨਾ ਲੱਗੇ, ਮੋਟਾਪਾ ਵੀ ਆਪਣਾ ਦੂਰ ਰਹੇ, ਅਤੇ ਆਪਣੇ ਸਕਿਨ ਵੀ ਸਹੀ ਹੋਵੇ, ਅਤੇ ਪੇਟ ਵੀ ਆਪਣਾ ਸਾਫ਼ ਰਹਿਣ ਲੱਗ ਜਾਏ, ਆਪਣੀਆਂ ਆਂਤਾਂ ਵੀ ਬਿਲਕੁਲ ਠੀਕ ਹੋ ਜਾਣ ਜੀ, ਸਾਫ਼ ਰਹਿਣ ਲੱਗ ਜਾਣ। ਜਦੋਂ ਪੇਟ ਸਾਫ਼ ਹੋ ਜਾਏ ਤਾਂ ਉਦੋਂ ਸਾਰੇ ਰੋਗ ਕੱਟੇ ਜਾਂਦੇ ਨੇ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ। ਆਪਾਂ ਸਲਾਈਸ ਕੱਟ ਲਏ ਜੀ ਨਿੰਬੂਆਂ ਦੇ, ਅਤੇ ਆਹ ਦੇਖੋ ਜੀ ਆਪਾਂ ਲੈ ਲਿਆ ਜੀ ਕੰਚ ਦਾ ਇੱਕ ਗੜਬਾ। ਠੀਕ ਹੈ ਜੀ, ਇਹ ਕੰਚ ਦਾ ਬਰਤਨ ਲੈ ਲੈਣਾ, ਹੋਰ ਕਿਸੇ ਵੀ ਪਿੱਤਲ ਕੋਈ ਸਟੀਲ ਨਹੀਂ ਲੈਣਾ ਜੀ, ਆਪਾਂ ਕੰਚ ਦਾ ਹੀ ਲੈਣਾ ਹੈਗਾ। ਕੰਚ ਦੇ ਵਿੱਚ ਤੁਸੀਂ ਇਹ ਨਿੰਬੂ ਪਾ ਦਿਓ ਜੀ, ਨਿੰਬੂ ਪਾ ਕੇ ਇਹਨਾਂ ਨੂੰ ਹਿਲਾ ਦਿਓ, ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਦਿਓ। ਇਹਦੇ ਵਿੱਚ ਹੁਣ ਆਪਾਂ ਨੇ ਕੀ ਪਾਉਣਾ ਹੈਗਾ, ਕਿਵੇਂ ਆਪਾਂ ਇਸ ਦਵਾਈ ਨੂੰ ਤਿਆਰ ਕਰਾਂਗੇ, ਉਹ ਸਾਰਾ ਕੁਝ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਦੇ ਰਹੋ। ਆਪਾਂ ਨੇ ਕੀ ਕੀਤਾ ਜੀ, ਨਿੱਕੀ ਮੱਖੀ ਦਾ ਸ਼ਹਿਦ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਤਿਆਰ ਕਰਵਾਉਣੇ ਹੈਗੇ ਹੈ, ਆਪ ਚਵਾ ਕੇ ਰੱਖਦੇ ਹਾਂ ਜੀ ਨਿੱਕੀ ਮੱਖੀ ਦਾ ਸ਼ਹਿਦ, ਜਿਹੜਾ ਕਿ ਬਹੁਤ ਹੀ ਵਧੀਆ ਗੁਣਾਕਾਰੀ ਹੈਗਾ। ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਆਪਣਾ ਨੰਬਰ ਉੱਤੇ ਦਿੱਤਾ ਹੁੰਦਾ, ਇਸ 'ਤੇ ਆਰਡਰ ਕਰਕੇ ਤੁਸੀਂ ਮੰਗਵਾ ਵੀ ਸਕਦੇ ਹੋ ਸਾਡੇ ਕੋਲੋਂ। ਠੀਕ ਹੈ ਜੀ, ਆਹ ਦੇਖੋ ਉੱਤੇ ਪਾਤਾ ਜੀ ਸ਼ਹਿਦ, ਆਪਾਂ ਸ਼ਹਿਦ ਦੇ ਵਿੱਚ ਇਹ ਨਿੰਬੂ ਡੁਬੋਣੇ ਨੇ। ਤੁਹਾਨੂੰ ਕਿਸੇ ਨੂੰ ਵੀ ਸ਼ਹਿਦ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੀ, ਨੰਬਰ 'ਤੇ ਕਾਲ ਕਰ ਸਕਦੇ ਹੋ ਅਤੇ ਘਰ ਬੈਠੇ ਮੰਗਵਾ ਸਕਦੇ ਹੋ, ਅਤੇ ਇਸ ਤਰ੍ਹਾਂ ਤੁਸੀਂ ਆਯੁਰਵੈਦਿਕ ਦਵਾਈ ਇਹ ਬਣਾ ਸਕਦੇ ਹੋ। ਇਹਨੂੰ ਆਪਾਂ ਚੰਗੀ ਤਰ੍ਹਾਂ ਡੁਬੋ ਦੇਣਾ ਜੀ, ਡੁਬੋ ਕੇ ਇਹਨੂੰ, ਅਤੇ ਤੁਸੀਂ ਆਹ ਦੇਖੋ ਤੁਸੀਂ ਜਮ੍ਹਾਂ ਇਹਨੇ ਵਿੱਚ ਬਿਲਕੁਲ ਇਹਨਾਂ ਨੇ ਨਿੰਬੂਆਂ ਨੇ ਵਿੱਚ ਭਿੱਜ ਜਾਣਾ। ਆਪਾਂ ਇਹਨੂੰ ਜਿਵੇਂ ਆਪਾਂ ਮਤਲਬ ਕਿ ਪੰਜਾਬੀ ਭਾਸ਼ਾ 'ਚ ਕਹਿੰਦੇ ਵੀ ਇੱਕ ਦੂਜੇ ਦੇ ਵਿੱਚ ਸਮਾ ਜਾਣਾ, ਨਿੰਬੂ ਤਾਂ ਸਮਾਉਣਗੇ ਜੀ ਸ਼ਹਿਦ ਦੇ ਵਿੱਚ, ਅਤੇ ਸ਼ਹਿਦ ਨਿੰਬੂਆਂ ਦੇ ਵਿੱਚ ਸਮਾ ਜੂਗਾ।
ਜਿਵੇਂ ਕਿ ਆਪਾਂ ਸਵੇਰੇ ਇੱਕ ਚਮਚ ਪੀਂਦੇ ਹੈਗੇ ਹਾਂ, ਇੱਕ ਨਿੰਬੂ ਨਿਚੋੜਦੇ ਹਾਂ, ਇੱਕ ਚਮਚ ਆਪਾਂ ਸ਼ਹਿਦ ਦਾ ਪਾਉਂਦੇ ਹਾਂ, ਉਹਦੇ ਨਾਲੋਂ ਇਹਨੇ ਦੁੱਗਣਾ ਤਿੱਗਣਾ ਅਸਰ ਕਰਨਾ ਜੀ, ਜਿਹੜਾ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖਣਾ। ਹੁਣ ਜਿਹੜੀ ਆਪਾਂ ਇਹ ਦਵਾਈ ਤਿਆਰ ਕੀਤੀ ਹੈ, ਇਹਨੂੰ 24 ਘੰਟਿਆਂ ਖਾਤਰ ਆਪਾਂ ਨੇ ਕੀ ਕਰਨਾ ਜੀ, ਰੂਮ ਟੈਂਪਰੇਚਰ ਦੇ ਵਿੱਚ ਰੱਖਣਾ। 24 ਘੰਟਿਆਂ ਬਾਅਦ ਤੁਸੀਂ ਆਪਦੇ ਫਰਿੱਜ 'ਚ ਰੱਖ ਸਕਦੇ ਹੋ ਜੀ। ਮਹੀਨਾ ਇਹ ਤੁਹਾਨੂੰ ਮੁੱਕਦੀ ਨਹੀਂ ਹੈਗੀ, ਤੁਸੀਂ ਕਿਲੋ ਸ਼ਹਿਦ 'ਚ ਵੀ ਬਣਾ ਸਕਦੇ ਹੋ, 2 ਕਿਲੋ 'ਚ ਵੀ ਬਣਾ ਸਕਦੇ ਹੋ, 3-4 ਮਹੀਨੇ ਕਿਤੇ ਨਹੀਂ ਜਾਂਦੀ, ਖਰਾਬ ਨਹੀਂ ਹੁੰਦੀ ਜੀ। ਇਹ ਜਿਹੜੀ ਆਯੁਰਵੈਦਿਕ ਦਵਾਈ ਹੁੰਦੀ ਹੈ ਨਾ, ਇਹ ਖਰਾਬ ਨਹੀਂ ਹੁੰਦੀ। ਅਗਰ ਤੁਸੀਂ ਇੱਕ ਚਮਚਾ ਰੋਜ਼ ਖਾਲੀ ਪੇਟ ਸਵੇਰੇ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਪੀਂਦੇ ਹੋ, ਇਹਨੇ ਤੁਹਾਡਾ ਪੇਟ ਬਿਲਕੁਲ ਸਾਫ਼ ਕਰ ਦੇਣਾ ਜੀ, ਤੁਹਾਡੀਆਂ ਆਂਤਾਂ ਸਾਫ਼ ਰਹਿਣ ਲੱਗ ਜਾਣਗੀਆਂ, ਮੋਟਾਪਾ ਤੁਹਾਡਾ ਦੂਰ ਹੋਣ ਲੱਗ ਜੂਗਾ, ਸਕਿਨ ਤੁਹਾਡੀ ਚਮਕਣ ਲੱਗ ਜੂਗੀ, ਸਰੀਰ ਤੁਹਾਡਾ ਤੰਦਰੁਸਤ ਰਹਿਣ ਲੱਗ ਜੂਗਾ ਜੀ। ਅਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ। ਅਗਰ ਤੁਹਾਨੂੰ ਇਹ ਚੰਗੀ ਲੱਗੀ, ਪਲੀਜ਼ ਇਹਨੂੰ ਸ਼ੇਅਰ ਕਰੋ ਜੀ ਦੱਬ ਕੇ, ਤਾਂ ਕਿ ਹੋਰ ਵੀ ਵੀਰਾਂ ਭੈਣਾਂ ਦੇ ਕੰਮ ਆ ਸਕੇ। ਇਹ ਗਰਮੀ ਦੇ ਵਿੱਚ ਆਪਾਂ ਬੜੇ ਆਰਾਮ ਨਾਲ ਪੀ ਸਕਦੇ ਹਾਂ, ਇਹਦੇ ਨਾਲ ਕੋਈ ਗਰਮੀ ਨਹੀਂ ਹੁੰਦੀ ਜੀ। ਇਹਦੇ 'ਚ ਨਿੰਬੂਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ, ਠੀਕ ਹੈ ਜੀ। ਤੁਸੀਂ ਇਸ ਤਰ੍ਹਾਂ ਬਣਾਓ, ਇਸ ਤਰ੍ਹਾਂ ਇਹ ਦਵਾਈ ਤਿਆਰ ਕਰੋ ਜੀ, ਅਤੇ ਇਹਦੀ ਵਰਤੋਂ ਕਰੋ। 24 ਘੰਟਿਆਂ ਬਾਅਦ ਇਹਨੂੰ ਆਪਾਂ ਸਟਾਰਟ ਕਰ ਸਕਦੇ ਹਾਂ। 24 ਘੰਟੇ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਬੰਨਿਆ ਰਹਿਣ ਦਿਓ, ਅਤੇ 24 ਘੰਟਿਆਂ ਬਾਅਦ ਤੁਸੀਂ ਇਹਨੂੰ ਖੋਲ੍ਹ ਕੇ ਆਪਦਾ ਇੱਕ ਚਮਚਾ ਸਵੇਰ ਵੇਲੇ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ। ਅਤੇ ਦੱਸੋ ਜੀ ਫਿਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਅਤੇ ਕਿਵੇਂ ਲੱਗੀ ਤੁਹਾਨੂੰ ਆਪਣੀ ਦਵਾਈ ਬਣਾਈ। ਤੁਸੀਂ ਵੀ ਇਸ ਤਰ੍ਹਾਂ ਘਰ ਬਣਾਓ ਅਤੇ ਆਪਦੀ ਦਵਾਈ ਇਹਨੂੰ ਸ਼ੁਰੂ ਕਰੋ ਜੀ। ਇਹਨੇ ਬੋਡੀ ਬਿਲਕੁਲ ਡਿਟੋਕਸ ਕਰ ਦੇਣੀ ਹੈ, ਸਾਫ਼ ਕਰ ਦੇਣੀ ਹੈ। ਓਕੇ ਜੀ, ਥੈਂਕ ਯੂ ਜੀ, ਧੰਨਵਾਦ ਜੀ, ਬਾਏ ਬਾਏ।